जय हिंद दोस्तों, मैं तो अपना गुरसेव सर गुरसेव इंस्टीट्यूट में तुहाडा स्वागत करता हाँ। तो दोस्तों जिवें कि तुहानू पता ही है तुहाडा प्रश्न नंबर 5 जिहड़ा कि है आप बीतियां दे विचों तुहानू जिहड़े अभ्यास दे जिहड़े क्वेश्चन आउणे है छोटे क्वेश्चन 7 क्वेश्चन जिहड़े कि है तुहानू पुछे गए होणगे ते मतलब उहदे विचों तुसीं पंजां दे उत्तर देणे होणगे। तां दोस्तों ये मतलब कि जिहड़े 5 क्वेश्चन करने होणगे 4 नंबर दा 1 क्वेश्चन होगा ते 5 चौका 20 अंक तुहाडे मैं फिर जिहड़े कि है वो पक्के कराने लई आ गया। ठीक है दोस्तों, ठीक है तो सही पढ़ रहे हो पंजाब स्कूल सिक्ख्या बोर्ड प्लस टू इलेक्टिव पंजाबी बाय गुरसेव सर 2020। ठीक है तो दोस्तों इस मुहिम विच तुहाडा स्वागत है। तो दोस्तों मैनू लग्या भी जिवें कि मैंने तुहाडी ज़्यादा टेंशन सी है ना, तो मैं कहा भी चलो देखो भी कल नूं बच्चों का इलेक्टिव पंजाबी का पेपर है नुकसान ना हो जाए। ठीक है तो अगे जिहड़ा की है मैं शाम नूं वीडियो अपलोड करदा हुंदा, इस तो पहलां तुहानूं ऑलरेडी एक वीडियो मैं दे चुक्या। ठीक है तो ये तुहाडी दूजी वीडियो अज दे दिन दी, अज शाम तक तुहानूं सारा सिलेबस जिहड़ा मैं कवर करवा दूंगा। ओके तो अज जिहड़ा की है मैं तुहानूं दूजा जिहड़ा सारा सिलेबस जिहड़ा की है वह कवर करवा दूंगा। टेंशन नहीं लैनी बिल्कुल भी, आपदे सीट बेल्टां कस लो क्योंकि एक तो बाद एक जिहड़ियां वीडियोज़ आ तुहानूं मिलन वालियां। बस जिहड़ा की है चैनल नूं ओपन करी रखो, रिफ्रैश करते रहो। ठीक है तो बैल आइकन तुसीं नप्पिया होना तुहानूं जिहड़ा की है नोटिफिकेशन मिल जूगा दोस्तों। ठीक है सो दैट हुण जिहड़े की है मैं कुछ महत्वपूर्ण जिहड़े छोटे महत्वपूर्ण जिहड़े जिन्हां दी उम्मीद है पेपर दे विच आउण दी उह क्वेश्चन जिहड़े की है मैं तुहाडे सामने लै के हाजिर होया दोस्तों। जिहड़े जिहड़े बच्चियां ने हजे तक जिहड़े जिहड़े मेरे मित्रां ने हजे तक जिहड़ी क्लास दी रेंज नूं नहीं वधाया दोस्तों, देखो यार ਵੱਧ ਤੋਂ ਵੱਧ ਜਿਹੜੇ ਕੀ ਹੈ ਮੈਂਬਰ ਜੋੜੋ ਆਪਣੇ ਮਤਲਬ ਚੈਨਲ ਦੇ ਨਾਲ। ਤੁਹਾਨੂੰ ਪਤਾ ਹੀ ਹੈ ਕਿੰਨਾ ਵਧੀਆ ਪੜ੍ਹਾਇਆ ਜਾ ਰਿਹਾ ਅਤੇ ਤੁਹਾਨੂੰ ਸਭ ਪਤਾ ਵੀ ਕਿੰਨਾ ਮਤਲਬ ਕੀ ਹੈ ਬੱਚਿਆਂ ਦਾ ਭਲਾਈ ਹੋ ਰਹੀ ਹੈ। ਠੀਕ ਹੈ ਸੋ ਦੈਟ ਭਲਾਈ ਕਰੋ, ਤੁਸੀਂ ਭਲਾ ਕਿਸ ਦਾ ਕਰੋਗੇ ਤਾਂ ਮਹਾਰਾਜ ਤੁਹਾਡਾ ਆਪਣੇ ਭਲਾ ਕਰੂਗਾ। ਸੋ ਦੈਟ ਜਿਹੜੇ ਜਿਹੜੇ ਬੱਚਿਆਂ ਨੇ ਹਜੇ ਤੱਕ ਥੰਬਸ ਅਪ ਕਰ ਨਹੀਂ ਕੀਤਾ, ਸ਼ੇਅਰ ਨਹੀਂ ਕੀਤਾ, ਠੀਕ ਹੈ ਤਾਂ ਸ਼ੇਅਰ ਕਰ ਦਿਉ ਜਲਦੀ ਤਾਂ ਜੋ ਵੱਧ ਤੋਂ ਵੱਧ ਬੱਚੇ ਫਾਇਦਾ ਉਠਾ ਸਕਣ। ਚਲੋ ਦੇਖਦੇ ਹਾਂ ਦੋਸਤੋ ਵੀ ਪਹਿਲਾ ਕੁਸਚਨ, ਠੀਕ ਹੈ ਹੁਣ ਪਤਾ ਲੱਗ ਗਿਆ ਪ੍ਰਸ਼ਨ ਨੰਬਰ 5 ਆਉਣਾ ਹੈ। 7 ਕੁਸਚਨ ਦਿੱਤੇ ਹੋਣਗੇ, 5 ਕਰਨੇ ਹੋਣਗੇ ਹਰ ਇੱਕ ਕੁਸਚਨ ਦਾ, 5 ਕੁਸਚਨ ਕਰਨੇ ਹੋਣਗੇ, ਹਰ ਇੱਕ ਅੰਕ ਦੇ 4 ਨੰਬਰ ਹੋਣਗੇ ਅਤੇ 5 ਚੌਕਾ 20 ਅੰਕ ਤੁਹਾਡੇ ਇੱਥੋਂ ਹੋਣਗੇ ਦੋਸਤੋ। ਠੀਕ ਹੈ ਇੰਪੋਰਟੈਂਟ ਕੁਸਚਨ ਆ ਜਿਹੜੇ ਉਹ ਮੈਂ ਤੁਹਾਡੇ ਵਾਸਤੇ ਲੈ ਕੇ ਆਇਆ, ਉਹ ਦੇਖ ਲਓ ਇਹ ਕਰ ਲਓ। ਠੀਕ ਹੈ ਤਾਂ ਇਹ ਤੋਂ ਬਾਅਦ ਤੁਹਾਨੂੰ ਨਹੀਂ ਕੁਝ ਵੀ ਮਿਲੂਗਾ। ਠੀਕ ਹੈ ਦੇਖੋ ਜੀ, ਪੂਰਨ ਸਿੰਘ ਨੇ ਆਪਣੀ ਮਾਂ ਦੀ ਵਡਿਆਈ ਕਿਹੜੀਆਂ ਘਟਨਾਵਾਂ ਦਰਸਾ ਕੇ ਕੀਤੀ ਹੈ। ਮਤਲਬ ਪੂਰਨ ਸਿੰਘ ਨੇ ਜਿਹੜਾ ਕੀ ਹੈ ਆਪਦੀ ਮਾਂ ਦੀ ਵਡਿਆਈ ਕੀਤੀ ਸੀ, ਆਪਦੀ ਮਾਂ ਦੀ ਮਤਲਬ ਜਿਵੇਂ ਆਪਾਂ ਕਹਿੰਦੇ ਤਾਰੀਫ ਕੀਤੀ ਸੀ। ਠੀਕ ਹੈ ਤਾਰੀਫ ਕੀਤੀ ਸੀ ਉਹਨੇ, ਕਿਹੜੀਆਂ ਕਿਹੜੀਆਂ ਘਟਨਾਵਾਂ ਉਸ ਵੇਲੇ ਦੱਸੀਆਂ ਸੀ, ਠੀਕ ਹੈ ਜਦੋਂ ਆਪਦੀ ਮਾਂ ਦੀ ਤਾਰੀਫ ਕਰ ਰਿਹਾ ਸੀ। ਠੀਕ ਹੈ ਪਹਿਲਾ ਕੁਸਚਨ ਇਹ ਹੈ। ਦੂਸਰਾ ਕੁਸਚਨ ਦੇਖੋ ਦੋਸਤੋ, ਪੂਰਨ ਸਿੰਘ ਦੀ ਮਾਂ ਅਟਕ ਦਰਿਆ ਸੀ, ਠੀਕ ਹੈ ਉਹਨੂੰ ਜਿਉਂੜਾ ਕਿਉਂ ਕਹਿੰਦੀ ਸੀ। ਠੀਕ ਹੈ ਉਹਨੂੰ ਜਿਉੜਾ ਕਿਉਂ ਕਹਿੰਦੀ ਸੀ ਇਹ ਤੁਸੀਂ ਦੱਸਣਾ, ਕਾਰਨ ਦੱਸਣਾ ਇਹਦੇ 'ਚ ਦੋਸਤੋ ਵੀ ਜਿਹੜਾ ਕੀ ਹੈ ਵੀ ਜਿਹੜੀ ਕੀ ਹੈ ਇਹਦੀ ਆਪਣੀ ਪੂਰਨ ਸਿੰਘ ਦੀ ਜਿਹੜੀ ਮਾਂ ਸੀ ਉਹ ਅਟਕ ਦਰਿਆ ਨੂੰ ਜਿਉੜਾ ਕਿਉਂ ਕਹਿੰਦੀ ਸੀ ਇਹ 'ਚ ਤੁਸੀਂ ਕਾਰਨ ਦੱਸਣਾ। ਥਰਡ ਕੁਸਚਨ ਦੇਖੋ, ਤੇਜਾ ਸਿੰਘ ਨੂੰ ਪੜ੍ਹਾਈ ਕਰਦੇ ਸਮੇਂ ਕਿਹੜੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ ਅਤੇ ਉਸ ਨੇ ਕਿਵੇਂ ਹੱਲ ਕੀਤਾ। ਮਤਲਬ ਦੇਖੋ ਆਪਣੇ ਹੁਣ ਕਈ ਮੇਰੇ ਵਰਗੇ ਵੀ ਹੁੰਦੇ ਆ, ਦੇਖੋ ਛੋਟੇ ਹੁੰਦੇ ਸਕੂਲ ਜਾਣ ਨੂੰ ਜੀ ਨਹੀਂ ਕਰਦਾ, ਐਤਵਾਰ ਖੂਬ ਜਦੋਂ ਕੀ ਹੈ ਚੰਗਾ ਮਤਲਬ ਖੇਡੇ, ਐਤਵਾਰ ਵਧੀਆ ਖੇਡੇ ਯਾਰਾਂ ਦੋਸਤਾਂ ਨਾਲ ਇੰਜੋਏ ਕੀਤਾ ਅਤੇ ਸੋਮਵਾਰ ਦੀ ਜਿਹੜੀ ਸਵੇਰ ਹੁੰਦੀ ਸੀ ਭਾਜੜ ਪੈ ਜਾਂਦੀ ਹੁੰਦੀ ਸੀ, ਤੁਹਾਡੇ ਨਾਲ ਵੀ ਕਈ ਬੱਚਿਆਂ ਨੂੰ ਇਸ ਤਰ੍ਹਾਂ ਹੁੰਦਾ ਹੋਣਾ। ਠੀਕ ਹੈ ਸੋ ਦੈਟ ਵੀ ਜਿਹੜਾ ਕੀ ਹੈ ਮੁਸੀਬਤਾਂ ਉਹ ਇੱਕ ਮੁਸੀਬਤ ਨਹੀਂ ਹੈ ਦੋਸਤੋ। ਠੀਕ ਹੈ ਮੁਸੀਬਤਾਂ ਹੁੰਦੀਆਂ ਕਈ ਤਰ੍ਹਾਂ ਦੀਆਂ ਮੁਸੀਬਤਾਂ ਹੁੰਦੀਆਂ ਵੀ ਕੋਈ ਬੱਚਾ ਵੀਕ ਹੈ, ਦਿਮਾਗ ਥੋੜ੍ਹਾ ਜਿਹਾ ਘੱਟ ਕੰਮ ਕਰਦਾ, ਉਹਨੂੰ ਸਮਝਣ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਵੀ, ਜਾਂ ਕੋਈ ਬੱਚਾ ਕੀ ਹੈ ਗਰੀਬ ਹੁੰਦਾ, ਗਰੀਬ ਦੇ ਗਰੀਬੀ ਪੱਖੋਂ ਤੋਂ ਪੈਸੇ ਮਤਲਬ ਨਹੀਂ ਭਰ ਹੁੰਦੇ ਗੇ, ਇਹ ਤਾਂ ਇਸ ਤਰ੍ਹਾਂ ਦੀਆਂ ਔਕੜਾਂ ਹੁੰਦੀਆਂ। ਮਤਲਬ ਜਿਹੜਾ ਕੀ ਪੁੱਛਿਆ ਹੋਇਆ, ਤੇਜਾ ਸਿੰਘ ਨੂੰ ਪੜ੍ਹਾਈ ਕਰਦੇ ਸਮੇਂ ਕਿਹੜੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ ਸੀ। ਅਗਰ ਆਪਾਂ ਨੂੰ ਕੋਈ ਮੁਸੀਬਤ, ਔਕੜ ਦਾ ਮਤਲਬ ਹੁੰਦਾ ਦੋਸਤੋ ਮੁਸੀਬਤ, ਮੁਸੀਬਤ ਆਊਗੀ ਤਾਂ ਉਹਦਾ ਕੋਈ ਨਾ ਕੋਈ ਹੱਲ ਵੀ ਕਰਨਾ ਪਊਗਾ, ਤਾਂ ਉਸਨੇ ਉਹਦਾ ਹੱਲ ਕਿਵੇਂ ਕੀਤਾ, ਆਈ ਹੋਪ ਇੱਥੋਂ ਤੱਕ ਸਮਝ ਹੋਊਗੀ। ਅੱਗੇ ਦੇਖੋ, ਪ੍ਰਿੰਸੀਪਲ ਸਾਹਿਬ ਸਿੰਘ ਨੇ ਡਾਕਖਾਨੇ ਦੀ ਨੌਕਰੀ ਕਿਉਂ ਛੱਡ ਦਿੱਤੀ ਸੀ ਅਤੇ ਉਸ ਨੇ ਇਸ ਦੇ ਉਪਰੰਤ ਕੀ ਕੀਤਾ। ਮਤਲਬ ਦੇਖੋ ਜਿਹੜੇ ਸਾਹਿਬ ਸਿੰਘ ਸੀ, ਸਾਹਿਬ ਸਿੰਘ ਨੇ ਕੀ ਆਪਦੀ ਡਾਕਖਾਨੇ ਦੀ ਨੌਕਰੀ ਛੱਡਤੀ ਸੀ। ਠੀਕ ਹੈ ਇਹ ਹੁਣ ਤੁਹਾਨੂੰ ਪਤਾ ਹੋਊਗਾ ਵੀ ਉਹਨਾਂ ਨੇ ਡਾਕਖਾਨੇ ਦੀ ਨੌਕਰੀ ਛੱਡਣ ਤੋਂ ਬਾਅਦ ਕੀ ਕੀਤਾ ਸੀ, ਇਹ ਹੁਣ ਤੁਸੀਂ ਬਖੂਬੀ ਜਾਣਦੇ ਹੋਗੇ ਕਿਉਂਕਿ ਤੁਸੀਂ ਇਹ ਪੜ੍ਹਿਆ ਹੋਣਾ। ਨੈਕਸਟ ਦੇਖੋ ਵੀ, ਨੈਕਸਟ ਕੁਸਚਨ ਨੰਬਰ 5 ਹੈ ਤੁਹਾਡਾ, ਸਿੰਬਾ ਲੇਖਕ ਨੂੰ ਸ਼ਾਮ ਦੀ ਸੈਰ 'ਤੇ ਲਿਜਾਣ ਲਈ ਕਹਿਣ ਸਮੇਂ ਕਿਹੋ ਜਿਹੀਆਂ ਹਰਕਤਾਂ ਕਰਦਾ ਸੀ। ਹੁਣ ਸਿੰਬਾ ਕੀ ਹੈ, ਜਿਹੜਾ ਸਿੰਬਾ ਸੀ
ਠੀਕ ਹੈ। ਸਿੰਬਾ ਜੀ ਜਿਹੜੇ ਕੀ ਆ ਲੇਖਕ ਨੂੰ ਉਹਨਾਂ ਨੇ ਕੀ ਆ ਸ਼ਾਮ ਦੀ ਸੈਰ 'ਤੇ ਲੈ ਕੇ ਜਾਣਾ ਹੁੰਦਾ ਸੀ, ਕਿਹਨਾਂ ਨੂੰ ਲੇਖਕ ਜੀ ਨੂੰ। ਹੁਣ ਜਦੋਂ ਮਤਲਬ ਲੇਖਕ ਹੋ ਸਕਦਾ ਵੀ ਉਹਨੂੰ ਜੇ ਵਿਚਾਰਿਆਂ ਨੂੰ ਕੀ ਆ ਜਿਹੜੀਆਂ ਹਰਕਤਾਂ ਕਰਨੀਆਂ ਪੈਂਦੀਆਂ, ਇਹਦਾ ਮਤਲਬ ਲੇਖਕ ਆਰਾਮ ਨਾਲ ਨਹੀਂ ਜਾਂਦਾ ਹੋਣਾ। ਹੁਣ ਆਰਾਮ ਨਾਲ ਜਦੋਂ ਨਹੀਂ ਜਾਂਦਾ ਹੋਣਾ, ਆਰਾਮ ਨਾਲ ਜਾਂਦਾ ਨਹੀਂ ਹੋਣਾ, ਤਾਂ ਕਰਕੇ ਵਿਚਾਰਾ ਬਹਾਨਾ ਲਾਉਂਦਾ ਹੋਣਾ, ਕੋਈ ਨਾ ਕੋਈ ਹਰਕਤਾਂ ਕਰਦਾ ਹੋਣਾ ਵੀ ਯਾਰ ਚੱਲੀਏ ਚੱਲੀਏ, ਹੈ ਨਾ ਵੀ ਉਹ ਹਰਕਤਾਂ ਹੁਣ ਤੁਸੀਂ ਦੱਸਣੀਆਂ ਵੀ ਕੀ ਹਰਕਤਾਂ ਕਰਦੇ ਸੀ। ਨੈਕਸਟ ਦੇਖੋ ਜੀ, ਅੰਮ੍ਰਿਤਾ ਪ੍ਰੀਤਮ ਦੇ ਪਿਤਾ ਦੇ ਮੱਥੇ 'ਤੇ ਤਿਉੜੀ ਕਿਉਂ ਪੈ ਗਈ ਸੀ, ਠੀਕ ਹੈ। ਤਾਂ ਅੰਮ੍ਰਿਤਾ ਪ੍ਰੀਤਮ ਦੇ ਜੋ ਕੀ ਹੈ ਪਿਤਾ ਜੀ ਸੀ, ਉਹਨਾਂ ਦੇ ਮੱਥੇ 'ਤੇ ਜਿਹੜੀ ਕੀ ਹੈ ਤਿਉੜੀ ਆ ਉਹ ਕਿਉਂ ਪੈ ਗਈ ਸੀ, ਠੀਕ ਹੈ। ਇਹ ਹੁਣ ਤੁਸੀਂ ਦੱਸਣਾ ਵੀ ਤਿਉੜੀ ਕਿਉਂ ਪੈ ਗਈ ਸੀ, ਠੀਕ ਹੈ। ਨੈਕਸਟ ਕੁਐਸਚਨ ਦੇਖੋ ਦੋਸਤੋ, ਸੈਵਨਥ ਕੁਐਸਚਨ ਹੈ ਜਿਹੜਾ ਤੁਹਾਡਾ, ਉਹ ਕੀ ਕਹਿੰਦਾ ਜੀ, ਸੈਵਨਥ ਕੁਐਸਚਨ ਦੇਖ ਲਓ, ਇੰਪੋਰਟੈਂਟ ਇੰਪੋਰਟੈਂਟ ਹੀ ਕੁਐਸਚਨ ਲੈ ਕੇ ਆਇਆ ਮੈਂ ਤੁਹਾਡੇ ਵਾਸਤੇ। ਆਪਣੇ ਨੋਟਬੁੱਕ ਬੁੱਕ ਨਿਕਾਲ ਲਓ ਦੋਸਤੋ, ਠੀਕ ਹੈ, ਬੁੱਕ ਨਿਕਾਲ ਲਓ ਅਤੇ ਆਪਦਾ ਕੀ ਜਿਹੜਾ ਪੈੱਨ ਲੈ ਕੇ ਬੈਠੋ ਕੋਲ, ਠੀਕ ਹੈ, ਅਤੇ ਟਿੱਕ ਲਾਉਂਦੇ ਚੱਲੋ ਆਪਦਾ, ਭਾਵੇਂ ਇਹਨਾਂ ਨੂੰ ਕੀ ਹੈ ਇੱਕ ਅਲੱਗ ਪੇਜ 'ਤੇ ਉਤਾਰ ਲਓ, ਠੀਕ ਹੈ, ਨੋਟਸ ਵਾਂਗ ਨੋਟਸ ਬਣ ਜਾਣਗੇ, ਠੀਕ ਹੈ ਜੀ। ਆਪਣੇ ਵਿਆਹ ਵਾਲੀ ਰਾਤ ਨੂੰ, ਠੀਕ ਹੈ, ਜਿੱਦੇ ਉਹਦਾ ਵਿਆਹ ਸੀ, ਆਪਣੀ ਵਿਆਹ ਵਾਲੀ ਰਾਤ ਨੂੰ ਲੇਖਿਕਾ ਉਦਾਸ ਕਿਉਂ ਸੀ, ਮਤਲਬ ਜਿਸ ਦਿਨ ਉਹਦਾ ਵਿਆਹ ਸੀ ਲੇਖਿਕਾ ਜਿਹੜੀ ਕੀ ਹੈ ਉਦਾਸ ਕਿਉਂ ਸੀ, ਠੀਕ ਹੈ ਜੀ। ਤਾਂ ਮਤਲਬ ਆਪਣੇ ਵਿਆਹ ਵਾਲੇ ਦਿਨ ਜਿਹੜੀ ਕੀ ਹੈ ਵਿਆਹ ਵਾਲੀ ਰਾਤ ਸੀ, ਜਿਹੜੀ ਵਿਆਹ ਵਾਲੀ ਰਾਤ ਲੇਖਿਕਾ ਸੀ ਜਿਹੜੀ ਉਦਾਸ ਕਿਉਂ ਸੀ, ਠੀਕ ਹੈ, ਇਹ ਕੁਐਸਚਨ ਹੈ। ਅੱਗੇ ਨੈਕਸਟ 8th ਕੁਐਸਚਨ ਦੇਖ ਲਓ ਜੀ, ਮੁੜਕੇ ਦੀ ਖੁਸ਼ਬੂ ਤੁਹਾਨੂੰ ਮੈਂ ਯਾਦ ਕਰਵਾਇਆ ਸੀ, ਮੁੜਕੇ ਦੀ ਖੁਸ਼ਬੂ ਦਾ ਲੇਖਕ ਦੱਸੋ ਕੌਣ ਸੀ, ਜਲਦੀ ਦੱਸੋ। ਮੁੜਕੇ ਦੀ ਖੁਸ਼ਬੂ, ਜਿਹੜੀ ਮੁੜਕੇ ਦੀ ਖੁਸ਼ਬੂ ਸੀ ਸਵੈ ਜੀਵਨੀ, ਮੁੜਕੇ ਦੀ ਖੁਸ਼ਬੂ ਸਵੈ ਜੀਵਨੀ ਅੰਸ਼ ਤੋਂ, ਅੰਸ਼ ਤੋਂ ਤੁਹਾਨੂੰ, ਤੁਹਾਨੂੰ ਜਿਹੜਾ ਕੀ ਹੈ ਅੰਸ਼ ਤੋਂ ਤੁਹਾਨੂੰ ਕੀ ਸਿੱਖਿਆ ਮਿਲਦੀ ਹੈ, ਠੀਕ ਹੈ ਦੋਸਤੋ, ਕੀ ਸਿੱਖਿਆ ਮਿਲਦੀ ਹੈ ਜਾਂ ਕੀ ਪ੍ਰੇਰਨਾ ਮਿਲਦੀ ਹੈ, ਠੀਕ ਹੈ। ਤਾਂ ਇਹ ਤੁਸੀਂ ਧਿਆਨ ਰੱਖਣਾ ਵੀ ਕੀ ਪ੍ਰੇਰਨਾ ਮਿਲਦੀ ਹੈ, ਤੁਸੀਂ ਦੱਸ ਸਕਦੇ ਹੋ। ਦੇਖੋ ਇੱਕ ਗੱਲ, ਦੂਸਰੀ ਦੇਖੋ, ਮੁੜਕੇ ਦੀ ਖੁਸ਼ਬੂ ਦੇ ਵਿੱਚੋਂ ਤੁਹਾਨੂੰ ਕੋਈ ਮਰਜ਼ੀ ਕੁਐਸਚਨ ਆ ਜਾਏ, ਤੁਸੀਂ ਇਸ ਕੁਐਸਚਨ ਆਂਸਰ ਬਖੂਬੀ ਲਿਖ ਸਕਦੇ ਹੋ, ਇਸ ਗੱਲ 'ਚ ਕੋਈ ਤੁਹਾਨੂੰ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਹੈ। ਅੱਗੇ ਦੇਖੋ ਜੀ, ਨੈਕਸਟ ਕੁਐਸਚਨ ਨੰਬਰ 9 ਦੇਖੋ ਜੀ, ਲੇਖਕ ਨੂੰ ਪੂਰਨ ਤੌਰ 'ਤੇ, ਪੂਰਨ ਮਤਲਬ ਹੁੰਦਾ ਪੂਰੇ ਤੌਰ 'ਤੇ ਜੀ, ਪੂਰਨ ਤੌਰ 'ਤੇ ਫਿਲਮਾਂ ਵਿੱਚ ਕੰਮ ਕਰਨ ਦਾ ਮੌਕਾ, ਫਿਲਮਾਂ ਵਿੱਚ ਕੰਮ ਕਰਨ ਦਾ ਮੌਕਾ ਕਦੋਂ ਮਿਲਿਆ, ਮਤਲਬ ਲੇਖਕ ਨੂੰ ਜਿਹੜਾ ਕੀ ਹੈ ਫਿਲਮਾਂ ਦੇ ਵਿੱਚ ਕੰਮ ਕਰਨ ਦਾ ਮੌਕਾ ਪੂਰਾ ਮਤਲਬ ਪੂਰਨ ਰੂਪ 'ਚ ਪੂਰੇ ਰੂਪ 'ਤੇ ਕਦੋਂ ਮਿਲਿਆ ਸੀ, ਠੀਕ ਹੈ ਜੀ, ਇਹ ਆਪਾਂ ਦੱਸਣਾ। ਅਤੇ ਉਸ ਨੇ ਫਿਲਮਾਂ ਵਿੱਚ ਕੰਮ ਕਰਨ ਦਾ ਫੈਸਲਾ ਕਿਉਂ ਕੀਤਾ, ਕੰਮ ਕਰਨ ਦਾ ਜਿਹੜਾ ਕੀ ਹੈ ਫੈਸਲਾ ਕਿਉਂ ਲਿਆ ਸੀ, ਠੀਕ ਹੈ ਜੀ। ਮਤਲਬ ਲੇਖਕ ਨੂੰ ਜਿਹੜਾ ਕੀ ਹੈ ਫਿਲਮਾਂ ਦੇ ਵਿੱਚ, ਇਹ ਤੁਹਾਨੂੰ ਪਤਾ ਹੀ ਹੈ ਫਿਲਮਾਂ 'ਚ ਮਤਲਬ ਕੀ ਸੀ, ਫਿਲਮਾਂ ਦੇ ਵਿੱਚ ਜਿਹੜਾ ਕੀ ਹੈ ਸਵੈ ਜੀਵਨੀ ਦਾ ਜਿਹੜਾ ਨਾਮ ਸੀ ਤੁਹਾਡਾ ਦੋਸਤੋ, ਉਹ ਸੀ ਮਤਲਬ ਆਪਣਾ ਜਿਹੜਾ ਕੀ ਸੀ ਫਿਲਮਾਂ ਦੇ ਜਿਹੜਾ ਆਪਣਾ ਇਹਦਾ ਦੋਸਤੋ ਨਾਮ ਸੀ, ਜਿਹੜਾ ਫਿਲਮਾਂ ਵਿੱਚ ਪ੍ਰਵੇਸ਼, ਫਿਲਮਾਂ 'ਚ ਐਂਟਰੀ ਹੋਈ ਸੀ, ਠੀਕ ਹੈ। ਫਿਲਮਾਂ ਦੇ ਵਿੱਚ ਕੰਮ ਕਰਨ ਦਾ ਉਹਨੂੰ ਪੂਰਨ ਮੌਕਾ ਕਦੋਂ ਮਿਲਿਆ ਸੀ, ਦੇਖੋ ਜਦੋਂ ਆਪਾਂ ਸ਼ੁਰੂ ਦੇ ਵਿੱਚ ਸਿੱਖਿਅਤ ਹੁੰਦੇ ਹਾਂ, ਆਪਾਂ ਸਿੱਖਦੇ ਹਾਂ, ਉਦੋਂ ਆਪਾਂ ਨੂੰ ਪੂਰੇ ਤੌਰ 'ਤੇ ਮਤਲਬ ਮੌਕਾ ਨਹੀਂ ਮਿਲਦਾ, ਜਦੋਂ ਆਪਾਂ ਪੂਰਾ ਸਿੱਖ ਜਾਂਦੇ ਉਦੋਂ ਮੌਕਾ ਮਿਲਦਾ ਕਿਸੇ ਵੀ ਕੰਮ ਦੇ ਵਿੱਚ। ਤਾਂ ਕਦੋਂ ਮਿਲਿਆ ਸੀ ਉਹ ਮੌਕਾ, ਇੱਕ ਤਾਂ ਤੁਸੀਂ ਇਹ ਦੱਸਣਾ, ਅਤੇ ਇੱਕ ਉਹਨਾਂ ਨੇ ਤੁਸੀਂ ਇਹ ਦੱਸਣਾ ਵੀ ਉਹਨਾਂ ਨੂੰ ਜਿਹੜਾ ਕਿ ਫਿਲਮ ਦੇ ਵਿੱਚ ਕੀ ਹੈ ਕੰਮ ਕਰਨ ਦਾ ਫੈਸਲਾ ਕਿਉਂ ਲਿਆ ਸੀ, ਠੀਕ ਹੈ। ਇੱਕ ਤਾਂ ਇਹ ਦੱਸਣਾ ਤੁਸੀਂ, ਠੀਕ ਹੈ ਜੀ। ਨੈਕਸਟ ਮੈਨੂੰ ਥੋੜ੍ਹਾ ਜਿਹਾ ਡਾਊਟ ਹੈ ਦੋਸਤੋ, ਪਤਾ ਨਹੀਂ ਕੀ ਲਿਖਿਆ ਹੋਇਆ, ਮੇ ਬੀ ਕੈਂਡੀ ਲਿਖਿਆ ਹੋਇਆ, ਠੀਕ ਹੈ। ਕੈਂਡੀ ਨੇ ਵਿਆਹ ਲਈ ਹਾਂ ਕਿਉਂ ਕੀਤੀ, ਠੀਕ ਹੈ, ਹਾਂ ਕਿਉਂ ਕਰ ਦਿੱਤੀ, ਠੀਕ ਹੈ ਜੀ, ਇਹ ਦੱਸਣਾ ਹੁਣ ਤੁਸੀਂ ਕੈਂਡੀ ਨੇ ਦੋਸਤੋ, ਦੇਖ ਲਿਓ ਜੇ ਤੁਸੀਂ, ਠੀਕ ਹੈ, ਵੀ ਵਿਆਹ ਲਈ ਹਾਂ ਕਿਉਂ ਕਰਤੀ ਸੀ, ਮੇ ਬੀ ਇੱਥੇ ਨਾਮ ਦੇਖ ਲਿਓ ਜੇ ਕੌਣ ਹੈ, ਠੀਕ ਹੈ, ਕੈਂਡੀ ਹੈ ਜਾਂ ਕੁਛ ਵੀ ਹੈ, ਠੀਕ ਹੈ, ਇਹਦੇ ਵਾਸਤੇ ਸੋਰੀ ਦੋਸਤੋ, ਠੀਕ ਹੈ। ਅੱਗੇ ਦੇਖੋ ਕੁਐਸਚਨ ਨੰਬਰ 11, ਅਜੀਤ ਕੌਰ, ਇਹ ਮੈਂ ਤੁਹਾਨੂੰ ਦੱਸਿਆ ਹੀ ਸੀ, ਅਜੀਤ ਕੌਰ ਬਾਰੇ ਵੀ ਦੱਸਿਆ ਪਿਛਲੀ ਵੀਡੀਓ ਦੇ ਵਿੱਚ, ਅਜੀਤ ਕੌਰ
ਆਪਣੀਆਂ ਧੀਆਂ ਅਜੀਤ ਕੌਰ ਆਪਣੀਆਂ ਧੀਆਂ ਨੂੰ ਅਜੀਤ ਕੌਰ ਆਪਣੀ ਧੀਆਂ ਨੂੰ ਆਪਣੇ ਖੰਭ ਤਾਂ ਅਜੀਤ ਕੌਰ ਦੀ ਕਿਹੜੀ ਸੀ ਦੋਸਤੋ ਉਹ ਤੁਹਾਨੂੰ ਮੈਂ ਦੱਸਿਆ ਸੀ ਅਜੀਤ ਕੌਰ ਦੀ ਸਵੈ ਜੀਵਨੀ ਕਿਹੜੀ ਸੀ ਮੇਰੀਆਂ ਧੀਆਂ ਮੇਰੇ ਖੰਭ ਹੈ ਨਾ ਤਾਂ ਮਤਲਬ ਅਜੀਤ ਕੌਰ ਨੇ ਆਪਣੀਆਂ ਧੀਆਂ ਨੂੰ ਆਪਣੇ ਖੰਭ ਹਮਰਾਜ ਅਤੇ ਦੋਸਤ ਕਿਉਂ ਕਹਿੰਦੀ ਹੈ ਠੀਕ ਹੈ ਹੁਣ ਮੈਂ ਤੁਹਾਨੂੰ ਇਹਦੇ ਵਿੱਚ ਦੱਸਿਆ ਹੀ ਸੀ ਠੀਕ ਹੈ ਜੀ ਗਾਇਜ਼ ਮੈਂ ਤੁਹਾਨੂੰ ਇਹਦੇ ਵਿੱਚ ਦੱਸਿਆ ਹੀ ਸੀ ਇਹਦੇ 'ਚ ਮੈਂ ਤੁਹਾਨੂੰ ਇੱਕ ਗੱਲ ਦੱਸੀ ਸੀ ਵੀ ਜਿਹੜੀ ਅਜੀਤ ਕੌਰ ਸੀ ਅਜੀਤ ਕੌਰ ਜਿਹੜੀ ਕੀ ਹੈ ਅਜੀਤ ਕੌਰ ਦੀ ਜਿਹੜੀ ਸਵੈ ਜੀਵਨੀ ਸੀ ਕਿਹੜੀ ਸੀ ਮੇਰੀਆਂ ਧੀਆਂ ਮੇਰੇ ਖੰਭ ਹੁਣ ਉਹੀ ਇਹਨਾਂ ਨੇ ਕੁਸ਼ਚਨ ਪੁੱਛ ਲਿਆ ਅਜੀਤ ਕੌਰ ਨੇ ਆਪਣੀਆਂ ਧੀਆਂ ਨੂੰ ਆਪਣੇ ਖੰਭ ਹਮਰਾਜ ਹਮਰਾਜ ਹੁੰਦਾ ਨਾਲ ਤੁਰਨ ਵਾਲਾ ਅਤੇ ਦੋਸਤ ਕਿਉਂ ਕਹਿੰਦੀ ਹੈ ਠੀਕ ਹੈ ਇਹ ਤੁਸੀਂ ਇਹਦਾ ਆਂਸਰ ਤੁਸੀਂ ਦੱਸਣਾ ਠੀਕ ਹੈ ਇਹ ਸੀ ਕੁਝ ਮੋਸਟ ਐਕਸਪੈਕਟਡ ਕੁਸ਼ਚਨ ਦੋਸਤੋ ਠੀਕ ਹੈ ਗਾਇਜ਼ ਇਹ ਦੁਬਾਰਾ ਕੁਝ ਨਹੀਂ ਆਏਗਾ ਠੀਕ ਹੈ ਸੋ ਦੈਟ ਜਿੰਨਾ ਕਰਵਾ ਰਿਹਾ ਉਨਾ ਕਰਦੇ ਚੱਲੋ ਠੀਕ ਹੈ ਤਾਂ ਮੇਰੇ ਵੱਲੋਂ ਫਿਰ ਇੱਕ ਵਾਰ ਬੈਸਟ ਆਫ ਲੱਕ ਹੈ ਠੀਕ ਹੈ ਹਜੇ ਤਾਂ ਵੀਡੀਓ ਆਪਣੀ ਕਾਫੀ ਪਈਆਂ ਮੈਂ ਤੁਹਾਨੂੰ ਸਾਰਾ ਕੁਝ ਕਰਵਾ ਦੂੰਗਾ ਬੇਝਿਜਕ ਹੋ ਜਾਓ ਟੈਨਸ਼ਨ ਫਰੀ ਹੋ ਜਾਓ ਸਿਰਫ ਜੋ ਕਰਵਾ ਰਿਹਾ ਉਹੀ ਕਰ ਲਓ ਭਰੋਸਾ ਰੱਖੋ ਭਰੋਸਾ ਰੱਖੋਗੇ ਤਾਂ ਤਰ ਜਾਓਗੇ ਪਹਿਲਾਂ ਤੁਸੀਂ ਆਲਰੇਡੀ ਦੇਖ ਹੀ ਚੁੱਕੇ ਹੋ ਇੰਗਲਿਸ਼ ਪੰਜਾਬੀ ਦੇ ਪੇਪਰਾਂ ਦੇ ਵਿੱਚ ਦੇਖ ਚੁੱਕੇ ਹੋ ਵੀ ਕੀ ਕਰਿਸ਼ਮਾ ਹੋਇਆ ਕੀ ਨਹੀਂ ਹੋਇਆ ਸੋ ਦੈਟ ਇੱਥੇ ਵੀ ਹੋਊਗਾ ਪੂਰੀ ਪੂਰੀ ਉਮੀਦ ਹੈ ਠੀਕ ਹੈ ਤਾਂ ਦੋਸਤੋ ਉਨਾ ਚਿਰ ਚਿੱਲ ਕਰੋ ਇੰਜੋਏ ਕਰੋ ਪੜ੍ਹੋ ਠੀਕ ਹੈ ਤਾਂ ਆਪਾਂ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਦੋਸਤੋ ਠੀਕ ਹੈ ਜੈ ਹਿੰਦ ਦੋਸਤੋ।